ਇੱਕ ਨਿਮਾਣੇ ਜਿਹੇ ਬੰਦੇ ਹਾਂ, ਗਰੀਬ ਜਿਹੇ ਘਰ ਦੇ ਵਿੱਚ ਉੱਠੇ ਹਾਂ, ਅਤੇ ਉਸ ਤੋਂ ਬਾਅਦ ਉਹਨੇ ਸਾਡਾ ਇਹੋ ਜਿਹਾ ਨਾਂ ਰੋਸ਼ਨ ਕਰਤਾ ਕਿ ਸਾਨੂੰ ਤਾਂ ਅਰਸ਼ਾਂ ਤੋਂ ਲੈ ਕੇ ਫਰਸ਼ਾਂ ਤੋਂ ਲੈ ਕੇ ਅਰਸ਼ਾਂ ਤੱਕ ਉਠਾਤਾ। ਪੈਰ ਜਿਹੜੇ ਜ਼ਮੀਨ 'ਤੇ ਨਹੀਂ ਲੱਗ ਰਹੇ, ਵਧਾਈਆਂ ਜੀ, ਸਭ ਦੀਆਂ ਵਧਾਈਆਂ ਲੈ ਰਹੇ ਹਾਂ ਜੀ, ਸਾਰੇ ਵਧਾਈਆਂ ਦੇਣ ਆ ਰਹੇ ਆ, ਜਾਈ ਜਾ ਰਹੇ ਆ, ਸਭ ਮਤਲਬ ਇੱਦਾਂ ਦਾ ਮਾਹੌਲ ਹੈ, ਬਹੁਤ ਖੁਸ਼ੀ ਦਾ, ਬਹੁਤ ਵਧੀਆ ਲੱਗਿਆ। ਅਸੀਂ ਢੋਲ ਵਜਾ ਕੇ ਨੱਚ ਉੜਕ ਕੇ ਸਵਾਦ ਕਰਾਂਗੇ, ਵਾਹਿਗੁਰੂ ਕਿਰਪਾ ਕਰੇ ਉਹਦੇ 'ਤੇ। ਖੁਸ਼ੀ ਨਾਲ ਚਹਿਕਦੇ ਚਿਹਰੇ ਅਤੇ ਢੋਲ ਦੀ ਥਾਪ 'ਤੇ ਪੈਂਦਾ ਭੰਗੜਾ ਅੰਮ੍ਰਿਤਸਰ ਦੇ ਪਿੰਡ ਬਾਲ ਸਿਕੰਦਰ ਵਿੱਚ ਹੈ। ਇਸੇ ਪਿੰਡ ਦੇ 24 ਸਾਲ ਦੇ ਲਵਪ੍ਰੀਤ ਸਿੰਘ ਨੇ 109 ਕਿਲੋਗ੍ਰਾਮ ਭਾਰ ਵਰਗ ਵਿੱਚ ਬਰਮਿੰਗਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਸਧਾਰਨ ਪਰਿਵਾਰ ਤੋਂ ਆਉਣ ਵਾਲੇ ਲਵਪ੍ਰੀਤ ਨੇ ਪਿੰਡ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਤਾਂ ਪਿਤਾ ਪੁੱਤਰ ਦਾ ਧੰਨਵਾਦ ਕੁਝ ਇਸ ਤਰ੍ਹਾਂ ਕਰਦੇ ਨਜ਼ਰ ਆਏ। ਕੀਤਾ ਨੇ ਬਹੁਤ ਵਧੀਆ, ਅਸੀਂ ਤਾਂ ਬਹੁਤ ਬਹੁਤ ਇਸ ਬੇਟੇ ਦਾ ਧੰਨਵਾਦ ਕਰਦੇ ਹਾਂ ਜਿਹਨੇ ਸਾਡਾ ਨਾਂ ਰੋਸ਼ਨ ਕੀਤਾ, ਅਤੇ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ, ਮਿਹਨਤ ਕੀਤੀ ਆ ਬਹੁਤ ਬਹੁਤ ਵਧੀਆ ਮਿਹਨਤ। ਪਿਤਾ ਕਿਰਪਾਲ ਸਿੰਘ ਦੱਸਦੇ ਨੇ ਕਿ ਜਦੋਂ ਲਵਪ੍ਰੀਤ ਨੂੰ 9ਵੀਂ ਜਮਾਤ ਵਿੱਚ ਸਕੂਲ ਪੜ੍ਹਨ ਲਈ ਪਾਇਆ ਤਾਂ ਸਕੂਲੋਂ ਗੇਮ ਕਰਨ ਦੀ ਇਜਾਜ਼ਤ ਨਹੀਂ ਸੀ, ਪਰ ਜਦੋਂ ਸੂਬਾ ਪੱਧਰ 'ਤੇ ਈਵੈਂਟ ਵਿੱਚ ਲਵਪ੍ਰੀਤ ਸਿਲਵਰ ਮੈਡਲ ਲੈ ਕੇ ਆਇਆ ਤਾਂ ਸਕੂਲ ਨੇ ਖੇਡ ਜਾਰੀ ਰੱਖਣ ਦੀ ਖੁੱਲ੍ਹ ਦੇ ਦਿੱਤੀ। ਸਟੇਟ ਦੇ ਵਿੱਚ ਲੈ ਕੇ ਆਇਆ ਸਿਲਵਰ ਮੈਡਲ, ਜੋ ਸਿਲਵਰ ਮੈਡਲ ਲੈ ਕੇ ਆਇਆ ਤਾਂ ਸਾਡੇ ਮਨ ਨੂੰ ਖੁਸ਼ੀ ਹੋਈ, ਜਿਹੜਾ ਸਕੂਲ ਦਾ ਸਟਾਫ ਸੀ ਉਹਦੇ ਮਨ ਨੂੰ ਖੁਸ਼ੀ, ਸਕੂਲ ਦਾ ਸਟਾਫ ਨੇ ਵੀ ਇਨਾਮ ਦਿੱਤਾ ਉਹਨੂੰ ਕਿ ਲਵਪ੍ਰੀਤ ਸਿੰਘ ਠੀਕ ਆ, ਹੁਣ ਤੈਨੂੰ ਅਸੀਂ ਕਿਤੇ ਨਹੀਂ ਰੋਕਦੇ, ਆਪਣੀ ਗੇਮ ਅਤੇ ਆਪਣੀ ਪ੍ਰੈਕਟਿਸ ਕਰ। ਡੀ ਏ ਵੀ ਸਕੂਲ ਚਲੇ ਗਿਆ 10ਵੀਂ 'ਚ, 10ਵੀਂ ਤੱਕ ਅਤੇ ਪਲੱਸ ਟੂ 'ਚ ਡੀ ਏ ਵੀ ਕੀਤੀ ਇਹਨੇ, ਅਤੇ ਡੀ ਏ ਵੀ ਖੇਡਦਾ ਖੇਡਦਾ ਡੀ ਏ ਵੀ ਨੈਸ਼ਨਲ ਖੇਡਿਆ, ਨੈਸ਼ਨਲ 'ਚ ਗੋਲਡ, ਫਿਰ ਉਸ ਤੋਂ ਬਾਅਦ ਅਜ਼ਬੇਕਿਸਤਾਨ ਗਿਆ, ਨੌਕਰੀ ਮਿਲੀ, ਪਹਿਲਾਂ ਨੌਕਰੀ ਮਿਲ ਗਈ ਇਹਨੂੰ, ਜਿੰਨਾ ਵੇਟ ਚਾਹੀਦਾ ਸੀ ਨੌਕਰੀ ਦੇ ਉੱਤੇ ਉਹ ਚੁੱਕਿਆ ਨੇ ਠਾ, ਉਹਦੇ ਵਿੱਚ ਨੌਕਰੀ ਮਿਲ ਗਈ, ਅਤੇ ਉਸ ਤੋਂ ਬਾਅਦ ਅਜ਼ਬੇਕਿਸਤਾਨ ਖੇਡ ਕੇ ਆਇਆ, ਉਹਦੇ ਵਿੱਚ ਸਿਲਵਰ ਆ, ਸਿਲਵਰ ਦੇ ਆਉਣ ਦੇ ਨਾਲ ਹੀ 2022 'ਚ ਸਿਲਵਰ ਦੇ ਆਉਣ ਦੇ ਨਾਲ ਹੀ ਇਹਦੀ ਰਾਸ਼ਟਰੀ ਮੰਡਲ ਖੇਡ 'ਚ ਸਿਲੈਕਸ਼ਨ ਹੋ ਗਈ। ਆਪਣੀ ਖੇਡ ਸਦਕਾ ਲਵਪ੍ਰੀਤ ਨੂੰ ਭਾਰਤੀ ਨੇਵੀ ਵਿੱਚ ਨੌਕਰੀ ਮਿਲੀ ਹੈ। ਪਿੰਡ ਬਾਲ ਸਿਕੰਦਰ ਦੇ ਹੀ ਵੇਟ ਲਿਫਟਰ ਰਹੇ ਹੀਰਾ ਸਿੰਘ ਤੋਂ ਲਵਪ੍ਰੀਤ ਸਿੰਘ ਪ੍ਰਭਾਵਿਤ ਸਨ, ਛੋਟੀ ਉਮਰ ਤੋਂ ਹੀ ਇਸ ਖੇਡ ਵੱਲ ਜਾਣ ਦਾ ਮਨ ਬਣਾ ਲਿਆ। ਉਹਨਾਂ ਦੀ ਪ੍ਰਾਪਤੀ ਤੋਂ ਆਸ ਹੈ ਕਿ ਪਿੰਡ ਦੇ ਹੋਰ ਨੌਜਵਾਨ ਵੀ ਅੱਗੇ ਵਧਣਗੇ। 8ਵੀਂ ਪੜ੍ਹਦਾ ਸੀ, ਇਹਦੇ ਮਨ 'ਚ ਸਤਾਹ ਆ ਵੀ ਮੈਂ ਵੇਟ ਲਿਫਟਿੰਗ ਕਰਨੀ ਹੈ। ਸਾਡੇ ਬੇਟੇ ਪਿੰਡ ਦੇ ਵਿੱਚ 3-4 ਜਿਹੜੇ ਆ ਉਹ ਇਹਦੀ ਹੀ ਗੇਮ ਦੇ ਨਾਲ 3 ਬੇਟੇ ਆ ਜਿਹੜੇ ਉਹ ਵੇਟ ਲਿਫਟਿੰਗ ਸ਼ੁਰੂ ਹੋਏ ਆ, ਗਰਾਊਂਡ ਜਾਂਦੇ ਆ, ਗਰਾਊਂਡ ਵੱਲ ਕਰਦੇ ਆ, ਡੀ ਏ ਵੀ ਜਾਂਦੇ ਆ, ਅਤੇ ਬਹੁਤ ਵਧੀਆ ਡੈ ਆਉਣ ਵਾਲੇ ਸਮੇਂ 'ਚ ਉਹ ਵੀ ਇਸ ਪਿੰਡ ਦਾ ਨਾਂ ਰੋਸ਼ਨ ਕਰਨ। ਲਵਪ੍ਰੀਤ ਦੇ ਪਿਤਾ ਟੇਲਰ ਨੇ ਅਤੇ ਦਾਦਾ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ। ਦਾਦਾ ਗੁਰਮੀਤ ਸਿੰਘ ਯਾਦ ਕਰਦੇ ਨੇ ਕਿ ਲਵਪ੍ਰੀਤ ਪਹਿਲਾਂ ਸਵੇਰੇ ਉਹਨਾਂ ਨਾਲ ਸਬਜ਼ੀ ਲਿਆਉਣ ਜਾਂਦਾ ਸੀ ਅਤੇ ਫਿਰ ਗੇਮ ਕਰਦਾ ਸੀ। ਸਾਡੇ ਨਾਲ ਸਵੇਰੇ 4 ਵਜੇ ਚਲ ਜਾਂਦਾ ਸਬਜ਼ੀ ਪਾਉਣ, ਅਤੇ ਸਬਜ਼ੀ ਪਾ ਕੇ ਇਹਨੇ 6-7 ਵਜੇ ਵਿਹਲਾ ਹੋਣਾ, ਮੁੜ ਕੇ ਇਹਨੇ ਗੇਮ 'ਚ ਚਲ ਜਾਣਾ, ਅਤੇ ਮੁੜ ਕੇ ਗੇਮ ਕਰਕੇ ਅਤੇ ਮੁੜ ਕੇ ਇਹਨੇ ਇੱਥੇ ਪੜ੍ਹਨ ਚਲ ਜਾਣਾ। ਪਰਿਵਾਰ ਨੂੰ ਵਧਾਈ ਦੇਣ ਵਾਲੇ ਲਗਾਤਾਰ ਆ ਰਹੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ। ਹੁਣ ਪਿੰਡ ਵਾਲਿਆਂ ਅਤੇ ਪਰਿਵਾਰ ਵਾਲਿਆਂ ਨੂੰ ਉਡੀਕ ਹੈ ਪੁੱਤਰ ਦੇ ਪਿੰਡ ਵਾਪਸੀ ਦੀ। ਪੈਰ ਜਿਹੜੇ ਜ਼ਮੀਨ 'ਤੇ ਨਹੀਂ ਲੱਗ ਰਹੇ, ਵਧਾਈਆਂ ਜੀ, ਸਭ ਦੀਆਂ ਵਧਾਈਆਂ ਲੈ ਰਹੇ ਹਾਂ ਜੀ, ਸਾਰੇ ਵਧਾਈਆਂ ਦੇਣ ਆ ਰਹੇ ਆ, ਜਾਈ ਜਾ ਰਹੇ ਆ, ਸਭ ਮਤਲਬ ਇੱਦਾਂ ਦਾ ਮਾਹੌਲ ਹੈ, ਬਹੁਤ ਖੁਸ਼ੀ ਦਾ, ਬਹੁਤ ਵਧੀਆ ਲੱਗਿਆ। ਸਾਡਾ ਦਿਲ ਖਾਉਮਾਉ ਕਰ ਰਿਹਾ ਸੀ ਕਿ ਸਾਡਾ ਵੀਰ ਅੱਜ ਕੁਛ ਨਾ ਕੁਛ ਬਣ ਕੇ ਦਿਖਾਵੇ ਸਾਨੂੰ।